ਰਿਕਾਰਡ ਸ਼ਹਿਰ, ਇਤਿਹਾਸਕ ਸ਼ਹਿਰ, ਲੋਕਧਾਰਾ 'ਚ ਇਸ ਥਾਂ ਦਾ ਜ਼ਿਕਰ ਹੈ। ਅੰਗਰੇਜ਼ਾਂ ਦਾ ਠਿਕਾਣਾ ਵੀ ਰਿਹਾ। ਮੌੜ ਬਾਰੇ ਸਿਆਸੀ ਜ਼ਮੀਨ 'ਤੇ ਵਿਅੰਗ ਵੀ ਹੈ। ਕਹਿੰਦੇ, ਜਿਹੜੇ ਆਗੂ ਨੂੰ ਜਿਤਾਉਣਾ ਹੋਵੇ ਉਹਨੂੰ ਮੌੜ ਦੀ ਸੀਟ ਦੇ ਦਿਓ। ਤਲਵੰਡੀ ਸਾਬੋ ਦੇ ਨੇੜੇ ਮਿਹਨਤੀ ਲੋਕ, ਸਾਧ ਮੁਰਾਦੇ, ਪੰਜਾਬ ਦਾ ਭੋਲਾ ਜਿਹਾ ਕਸਬਾ। ਮੌੜ ਵਾਸੀ ਕਹਿੰਦੇ, ਜੇ ਇਹੋ ਧਮਾਕਾ ਚੰਡੀਗੜ੍ਹ ਹੋਇਆ ਹੁੰਦਾ ਤਾਂ ਸਰਕਾਰ ਨੇ ਤਫਤੀਸ਼ ਵੀ ਛੇਤੀ ਕਰਨੀ ਸੀ, ਸਜ਼ਾਵਾਂ ਵੀ ਮਿਲ ਜਾਣੀਆਂ ਸਨ। ਨਿੱਕੇ ਜਿਹੇ ਸ਼ਹਿਰ ਮੌੜ ਬਾਰੇ ਕੌਣ ਸੋਚਦਾ। ਚਾਰ ਫਰਵਰੀ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ। ਅਗਲੀਆਂ ਚੋਣਾਂ ਵੀ ਆ ਗਈਆਂ ਨੇ। 5 ਸਾਲ ਹੋ ਗਏ ਨੇ ਪਰ ਇਨਸਾਫ ਅਜੇ ਤੱਕ ਨਹੀਂ ਮਿਲਿਆ। ਬੰਦੇ ਲਾਪਤਾ ਨੇ। ਧਮਾਕੇ ਦੇ ਪੀੜਤ ਪਰਿਵਾਰ ਆਪਣੀ ਕਹਾਣੀ ਵਾਰ ਵਾਰ ਦੁਹਰਾਉਂਦੇ ਨੇ ਇਸ ਉਮੀਦ ਨਾਲ ਕਿ ਸਰਕਾਰ ਕੁਝ ਕਰੇਗੀ, ਪਰ ਕੁਝ ਨਹੀਂ ਹੋਇਆ। ਨਾ ਇਨਸਾਫ, ਨਾ ਪੀੜਤ ਪਰਿਵਾਰਾਂ ਨੂੰ ਕੋਈ ਠੋਸ ਧਰਵਾਸ। ਗੁਰਮੇਲ ਸਿੰਘ 1978 ਤੋਂ ਟਰੇਡ ਯੂਨੀਅਨ ਮੌੜ ਦੇ ਮੈਂਬਰ ਨੇ। ਮੌੜ ਬੰਬ ਧਮਾਕੇ ਦੇ ਪਰਿਵਾਰਾਂ ਲਈ ਉਹਨਾਂ ਆਪਣੀ ਜਥੇਬੰਦੀ ਨਾਲ ਪਿਛਲੇ 5 ਸਾਲਾਂ ਤੋਂ ਲੰਮੀ ਲੜਾਈ ਲੜੀ ਹੈ। ਮੌੜ ਬੰਬ ਧਮਾਕਾ ਵਿਦਰੋਹੀ ਸੰਘਰਸ਼ ਕਮੇਟੀ ਬਣਾ ਕੇ ਉਹਨਾਂ ਇਸ ਲਈ ਪਿਛਲੇ 5 ਸਾਲਾਂ 'ਚ ਕੀ ਕੀਤਾ, ਇਸ ਬਾਰੇ ਉਹ ਵਿਸਤਾਰ 'ਚ ਦੱਸਦੇ ਨੇ। ਘਟਨਾ ਵਾਪਰਨ ਤੋਂ ਹੀ ਪ੍ਰਸ਼ਾਸਨ ਦਾ ਇਹ ਆ ਗਿਆ ਕਿ ਇਹ ਤਾਂ ਇੱਕ ਆਮ ਧਮਾਕਾ, ਕਿਸੇ ਵੀ ਪੋਲੀਟੀਕਲ ਨੇ ਵੀ ਕਿਹਾ ਕਿ ਵੀ ਇਹਦਾ ਕੁਝ ਬਣਨਾ ਚਾਹੀਦਾ। ਸਭ ਤੋਂ ਪਹਿਲਾਂ ਬਲਾਸਟ ਹੁੰਦਾ, ਇਹ ਲੱਗੇ ਵੀ ਸਿਲੰਡਰ ਫਟੇ। ਕਾਰਵਾਈ ਤਾਂ ਸਿਰਫ ਆਹੀ ਹੋਈ ਹੈ ਵੀ 5-5 ਲੱਖ ਰੁਪਈਆ ਜਾਂ ਨੌਕਰੀਆਂ, ਮਤਲਬ ਜਿਹੜਾ ਮੁਰਜਮਾਂ ਵਾਲੀ ਤਾਂ ਕਦੇ ਗੱਲ ਹੀ ਨਹੀਂ ਹੋਈ ਵੀ ਕੋਈ ਮੁਰਜਮਾਂ ਦੇ ਸੰਬੰਧ 'ਚ। ਉਹ ਜਿਹੜੇ ਮਰਜ਼ੀ ਬੰਦੇ ਆ, ਭਾਵੇਂ ਡੇਰੇ ਦੇ ਆ ਭਾਵੇਂ ਬਿਨਾਂ ਡੇਰੇ ਤੋਂ, ਦੇਖੋ ਆਪਣਾ ਮਤਲਬ ਤਾਂ ਹੈਗਾ ਮੁਰਜਮਾਂ ਨੂੰ ਫੜਨ ਦਾ। ਜਦੋਂ ਮੁਰਜਮਾਂ ਨੂੰ ਫੜਿਆ ਜਾਊਗਾ, ਉਹਨਾਂ ਨੂੰ ਮਤਲਬ ਜੇਲ੍ਹ 'ਚ ਤੁੰਨਿਆ ਜਾਊਗਾ, ਉਹਨਾਂ ਦੀ ਕੋਈ ਮਤਲਬ ਅਖਬਾਰ ਦੇ ਵਿੱਚ ਜਾਂ ਕਿਤੇ TV ਚੈਨਲ 'ਤੇ ਕੋਈ ਖਬਰ ਆਊਗੀ, ਆਪਾਂ ਨੂੰ ਤਾਂ ਫਿਰ ਹੀ ਪਤਾ ਲੱਗਣਾ ਨਾ। ਹਜੇ ਤੱਕ ਤਾਂ ਕੁਛ ਨਹੀਂ ਹੈਗਾ। ਪੀੜਿਤ ਪਰਿਵਾਰ ਆਪਣੇ ਨੂੰ ਵਿੱਤ ਮੰਤਰੀ ਸਾਹਿਬ ਨੂੰ ਮਿਲਣ ਗਏ, ਉਹ ਕਹਿੰਦਾ ਵੀ ਯਾਰ ਤੁਸੀਂ ਮੇਰੇ ਕੋਲ ਤਾਂ ਕੋਈ ਮਤਲਬ ਇਲਾਜ ਨਹੀਂ ਹੈਗਾ, ਤੁਸੀਂ ਮੇਰੇ ਨਾਲ, ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਬੁਲਾ ਦਿਓ। ਮੁੱਖ ਮੰਤਰੀ ਸਾਹਿਬ, ਜਦੋਂ ਇਹ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਏ, ਉਸ ਵੇਲੇ ਕੀ ਹੋਇਆ ਵੀ ਉਹ ਕਹਿੰਦਾ ਵੀ ਉਹ ਹੈਗਾ ਮਤਲਬ ਉਹਨਾਂ ਦਾ ਦਫ਼ਤਰ, ਉਹ ਹੈਗੀ ਉਹਨਾਂ ਦੀ ਕੋਠੀ, ਅਤੇ ਤੁਸੀਂ ਜਾ ਕੇ ਮਿਲ ਲਓ। ਇਹਨਾਂ ਨਾਲ ਗੱਲ ਹੀ ਨਹੀਂ ਕਰੀ ਉਹਨਾਂ ਦੀ। ਜਿੱਦਣ ਮਹਿਰਾਜ ਗਏ ਹਾਂ ਉਦਣ ਅਸੀਂ ਐਂ ਖੜੇ ਹਾਂ ਆਹ ਸਾਰੀ, ਅਤੇ ਜੱਸੀ ਸਾਹਿਬ ਉੱਥੋਂ ਦੀ ਲੰਘ ਕੇ ਆਪਦੀ ਗੱਡੀ 'ਚ ਬੈਠ ਗਏ ਸਾਡੇ ਨਾਲ, ਮਤਲਬ ਉਹਨਾਂ ਨੇ ਜ਼ਬਾਨ ਤੱਕ ਸਾਂਝੀ ਨਹੀਂ ਕਰੀ ਵੀ ਮਤਲਬ ਤੁਸੀਂ ਵੀ ਆਏ ਹੋ, ਅਤੇ ਉਹਨਾਂ ਨੇ ਆਪਣੇ ਵੱਲੋਂ ਇੱਕ ਵੀ ਸ਼ਬਦ ਨਹੀਂ ਮਤਲਬ ਜਿਹੜਾ ਇਹੋ ਜਿਹਾ ਵੀ ਸਾਡੇ ਨਾਲ ਕੋਈ ਸਾਂਝਾ ਕਰਿਆ ਹੋਵੇ, ਜਿਹਦੇ ਸਾਨੂੰ ਲੱਗਿਆ ਹੋਵੇ ਵੀ ਜੱਸੀ ਸਾਹਿਬ ਸਾਡੀ ਮਤਲਬ ਮਦਦ ਕਰ ਰਹੇ ਆ।
ਆਪਦੀ ਦੁੱਖ ਰੋਇਆ ਹੋਵੇ ਭਾਈ ਮੇਰਾ ਮੈਂ ਬਚਿਆ ਮਸਾਂ ਜਾਂ ਮੈਂ ਨਾ ਹੋ ਜਾਣੀ ਸੀਗੀ ਇਸ ਤਰ੍ਹਾਂ ਸ਼ੇਅਰ ਕੀਤਾ ਹੋਈ ਇੱਥੇ ਪ੍ਰੋਗਰਾਮ ਬਹੁਤ ਕੀਤੇ ਆ ਅਸੀਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝਦੇ ਹਾਂ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਵੇ ਉਦੋਂ ਬਾਅਦ ਮਤਲਬ ਨੌਕਰੀਆਂ ਦੀ ਗੱਲ ਆ ਉਦੋਂ ਬਾਅਦ ਕੋਈ ਮੁਆਵਜ਼ੇ ਦੀ ਗੱਲ ਹੈ ਜੇ ਹੋਰ ਵੀ ਮਤਲਬ ਜਿਹੜਾ 5 ਲੱਖ ਕਿੱਡੀ ਕੁ ਵੱਡੀ ਗੱਲ ਆ ਅਤੇ ਸਾਨੂੰ ਤਾਂ ਇਹ ਲੱਗਦਾ ਜੀ ਸਰਕਾਰ ਹੈ ਜਿਹੜੀ ਇਸ ਨੂੰ ਦਬਾ ਰਹੀ ਵੀ ਇਸ ਘਟਨਾ ਦੇ ਪਿੱਛੇ ਜੱਸੀ ਦਾ ਹੱਥ ਹੈ ਜੱਸੀ ਨੂੰ ਫੜਿਆ ਜਾਵੇ ਉਹ ਤੋਂ ਪੁੱਛਗਿੱਛ ਕਰੀ ਜਾਵੇ ਤਾਂ ਇਹ ਜਿਹੜਾ ਬਲਾਸਟ ਦਾ ਉਹ ਨਿਕਲੂਗਾ ਇਹ ਕਾਰਨ ਵੀ ਇਹੀ ਹੈ ਕਿਉਂਕਿ ਇਹ 'ਚ ਐਂਟੈਂਗਲ ਜੱਸੀ ਹੈ ਜੱਸੀ ਕਰਕੇ ਵੀ ਸਰਕਾਰ ਹੈ ਹਰ ਵਾਰ ਪਿੱਛੇ ਰੱਖਣ ਜੱਸੀ ਨੂੰ ਤਵਦੀਸ਼ 'ਚ ਸ਼ਾਮਿਲ ਕਰਕੇ ਹੀ ਨਹੀਂ ਪੁੱਛਿਆ ਗਿਆ ਕਿ ਤੇਰੀ ਸਭਾ ਦੇ ਵਿੱਚ ਇਹ ਬਲਾਸਟ ਹੋਏ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਹਦੇ ਨਾਲ ਰੰਜਿਸ਼ ਸੀਗੀ ਕੀ ਗੱਲ ਕੌਣ ਕਰ ਸਕਦਾ ਇਹ ਤੁਹਾਨੂੰ ਮਾਰਨ ਵਾਸਤੇ ਜਾਂ ਕਿਸੇ ਹੋਰ ਰਾਤੇ ਨਾਲ ਹੈ ਉਹਨਾਂ ਨੂੰ ਜੈਂਟ ਸਕਿਉਰਟੀ ਪ੍ਰੋਵਾਈਡ ਕਰਤੀ ਜਦੋਂ ਕਿ ਅੱਜ ਤੱਕ ਕਲੀਅਰ ਨਹੀਂ ਹੋਇਆ ਕਿ ਖਤਰਾ ਜੱਸੀ ਨੂੰ ਸੀਗਾ ਸਰਕਾਰ ਇਹ ਕਲੀਅਰ ਕਰਦੇ ਕਿ ਜੱਸੀ ਦੀ ਜਾਨ ਨੂੰ ਖਤਰਾ ਸੀ ਇਸ ਕਰਕੇ ਇਹ ਬਲਾਸਟ ਹੋਏ ਹੈ ਉਹਨੂੰ ਜੈਂਟ ਸਕਿਉਰਟੀ ਮਿਲ ਜੇ ਕਿਸੇ ਨੂੰ ਕੋਈ ਇਤਰਾਜ਼ ਇਹ ਹਜੇ ਧੁੰਦਲਾ ਹੈ ਕਲੀਅਰ ਨਹੀਂ ਕਿਉਂਕਿ ਜਦੋਂ ਇਹੀ ਨਹੀਂ ਹੋਇਆ ਵੀ ਇਹ ਬਲਾਸਟ ਕੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਜੱਸੀ ਨੂੰ ਮਾਰਨਾ ਚਾਹੁੰਦੇ ਸੀ ਜਾਂ ਕੁਛ ਹੋਰ ਉਹਨਾਂ ਦੇ ਏਮ ਸੀ ਇਹ ਅੱਜ ਤੱਕ ਕਲੀਅਰ ਨਹੀਂ ਹੋਇਆ ਅਤੇ ਜੈਂਟ ਸਕਿਉਰਟੀ ਕਮਾਂਡ ਨੂੰ ਦੇ ਦਿੱਤੀ ਉਸ ਤੋਂ ਬਾਅਦ ਅਖਲਾਕੀ ਫਰਜ਼ ਬਣਦਾ ਸੀਗਾ ਉਸ ਕੈਂਡੀਡੇਟ ਦਾ ਕਿ ਉਹਨਾਂ ਪਰਿਵਾਰਾਂ ਦੇ ਨਾਲ ਉਹ ਹਮਦਰਦੀ ਜਹਾਂ ਅਖਲਾਕੀ ਫਰਜ਼ ਬਣਦਾ ਸੀਗਾ ਫਰਵਰੀ 2017 ਦੇ ਵਿੱਚ ਜੋ ਸਰਕਾਰ ਚੁਣੀ ਗਈ ਉਹ ਉਹਨਾਂ ਨਾਲ ਹਮਦਰਦੀ ਪੂਰਵਕ ਰਵੱਈਆ ਅਖਤਿਆਰ ਕਰੇ ਇਹ ਦੋਨੇ ਹੀ ਪੈਟਰਨ ਫੇਲ ਹੋਏ ਨਾ ਤਾਂ ਉਹ ਕੈਂਡੀਡੇਟ ਹਾਰ ਗਿਆ ਉਹ ਪਰ ਉਹਦੀ ਸਰਕਾਰ ਬਣ ਗਈ ਉਹ ਚਾਹੁੰਦਾ ਕਰਵਾ ਸਕਦਾ ਸੀ ਪਰ ਉਹਨਾਂ ਨੇ ਨਾ ਸਰਕਾਰ ਨੇ ਤਾਂ ਉਹਨਾਂ ਨੂੰ ਕਰਿਆ ਜੋ ਵੀ ਇਹ ਹੋਇਆ ਜੋ ਵੀ ਹੋਇਆ ਜਦੋਂ 5-5 ਲੱਖ ਰੁਪਇਆ ਦਿੱਤਾ ਪਹਿਲੇ 15 ਦਿਨ ਸਰਕਾਰ ਚੁੱਪ ਸੀ ਸਾਰੀ ਮੰਡੀ ਜਾਮ ਕਰਨ ਦਾ ਇਹ ਜਦੋਂ ਐਲਾਨ ਕਰਤਾ ਸੁਬਹਾ ਅਖਬਾਰ ਦੀ ਸਟੇਟਮੈਂਟ ਆ ਗਈ ਕਿ ਅਸੀਂ ਇਹਨਾਂ ਬੰਦਿਆਂ ਨੂੰ 5-5 ਲੱਖ ਰੁਪਇਆ ਦੇਵਾਂਗੇ ਜਦੋਂ ਕੋਈ ਹੋਰ ਪ੍ਰੋਗਰਾਮ ਰੱਖਤਾ ਫਿਰ ਉਹਦਾ ਵੀ ਨੌਕਰੀ ਵੀ ਦੇਵਾਂਗੇ ਐਕਸ਼ਨ ਤੋਂ ਬਾਅਦ ਕੋਈ ਸਰਕਾਰ ਦਾ ਐਲਾਨ ਹੋਇਆ ਆਪਣੇ ਆਪ ਕਿਸੇ ਨੇ ਨਹੀਂ ਕਰਿਆ ਕਿ ਵੀ ਅੱਜ ਕੁਛ ਗੁੜ ਦੀ ਗਲੀ ਡੋਲੀ ਛੱਡ ਦਿਓ ਕਿ ਵੀ ਅੱਜ ਵਾਲਾ ਪ੍ਰਦਰਸ਼ਨ ਨਾ ਹੋਵੇ ਇੱਥੇ ਆ ਗਿਆ ਅਤੇ ਸਵਾਪਨ ਸ਼ਰਮਾ SSP ਸੀਗੇ ਉਹ ਆ ਗਏ DC ਸੀਗੇ ਆਪਣੇ ਪਰਵਾ ਲਾਕੜਾ ਉਹ ਆ ਗਏ ਉਹ ਕਹਿੰਦੇ ਵੀ 7 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਨੌਕਰੀਆਂ ਮਿਲ ਜਾਣਗੀਆਂ ਸਭ ਦੇ ਮੈਡੀਕਲ ਅਪਰੈਸਮੈਂਟ ਕਲੀਅਰ ਹੋ ਜੂਗੀ ਦੋਸ਼ੀ ਤੱਕ ਅਸੀਂ ਪਹੁੰਚ ਚੁੱਕੇ ਹਾਂ ਅਤੇ ਕੁਛ ਹੀ ਦਿਨਾਂ 'ਚ ਤੁਹਾਨੂੰ ਪਤਾ ਲੱਗ ਜੂ ਕਿ ਵੀ ਦੋਸ਼ੀ ਅੰਦਰ ਭੋਗ ਕਰਦੇ ਫਿਰ ਉਹਦਾ ਸੰਸਕਾਰ ਹੋਇਆ ਨਹੀਂ ਇੱਥੇ ਜਾਮ ਲੱਗ ਗਿਆ ਸੀ